20 फरवरी 2019 ਨੂੰ ਇੱਕ ਆਫ ਡਿਊਟੀ ਡੈਲਟਾ ਪੁਲਿਸ ਅਫਸਰ ਐਕਟਿੰਗ ਸਰਜੰਟ ਜੌਨ ਜੈਸਮਿਨ 3 ਵਜੇ ਤੋਂ ਥੋੜੀ ਦੇਰ ਬਾਅਦ ਨਾਰਥ ਡੈਲਟਾ ਵਿੱਚ ਕਨਸੈਪਸ਼ਨ ਐਲੀਮੈਂਟਰੀ ਸਕੂਲ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਦੇ ਵਿਚਕਾਰ ਝਗੜਾ ਹੋਇਆ ਦੇਖਦਾ ਹੈ ਤੇ ਇਹ ਸਰਜੰਟ ਜੈਸਮਿਨ ਨੇ ਇਸ ਵਿੱਚ ਤਖਲਅੰਦਾਜ਼ੀ ਕੀਤੀ ਅਤੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਅਤੇ ਇਸ ਪ੍ਰਕਿਰਿਆ ਦੇ ਦੌਰਾਨ ਉਹ ਅਤੇ ਇੱਕ ਔਰਤ ਦੋਨੋਂ ਚਾਕੂ ਨਾਲ ਹੋਏ ਹਮਲੇ ਦਾ ਸ਼ਿਕਾਰ ਹੋਏ ਅਤੇ ਇਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਗਏ। ਪੁਲਿਸ ਨੂੰ 3 ਵਜੇ 911 ਦੇ ਕਾਲਸ ਮਿਲਣੇ ਸ਼ੁਰੂ ਹੋ ਗਏ ਅਤੇ 3:04 ਤੇ ਪਹਿਲਾ ਡਿਊਟੀ ਪੁਲਿਸ ਅਫਸਰ ਮੌਕੇ ਤੇ ਪਹੁੰਚਿਆ। ਝਗੜੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਸ਼ਨਾਖਤ ਕੀਤੀ ਗਈ ਅਤੇ ਉਸਨੇ 3:06 ਤੱਕ ਉਸਨੂੰ ਹਿਰਾਸਤ ਵਿੱਚ ਲੈ ਲਿਆ। ਡੈਲਟਾ ਪੁਲਿਸ ਚੀਫ ਨੀਲ ਡੁਬੋਰਡ ਨੇ ਆਖਿਆ ਕਿ ਅਸੀਂ ਜਨਤਾ ਦੇ ਕਈ ਮੈਂਬਰਾਂ ਦੀਆਂ ਕਾਰਵਾਈਆਂ ਦੀ ਸ਼ਲਾਘਾ ਕਰਨੀ ਚਾਹੁੰਦੇ ਹਾਂ ਜੋ ਇਸ ਘਟਨਾ ਦੌਰਾਨ ਸਾਡੀ ਸਹਾਇਤਾ ਕਰ ਰਹੇ ਸਨ। ਉਹਨਾਂ ਕਿਹਾ, ਮੈਂ ਇਹ ਵਾਰ ਵਾਰ ਕਹਿੰਦਾ ਹਾਂ ਕਿ ਡੈਲਟਾ ਇੱਕ ਸਹਾਇਕ ਕਮਿਊਨਿਟੀ ਹੈ ਅਤੇ ਕੱਲ੍ਹ ਉਹਨਾਂ ਨੇ ਇਸ ਨੂੰ ਸਾਬਿਤ ਕਰ ਦਿੱਤਾ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਜੇ ਜੌਨ ਨੇ ਇੰਨੀ ਛੇਤੀ ਕਾਰਵਾਈ ਨਾ ਕੀਤੀ ਹੁੰਦੀ ਤਾਂ ਇਸ ਘਟਨਾ ਵਿੱਚ ਸ਼ਾਮਿਲ ਔਰਤ ਆਪਣੀ ਜਾਨ ਗੁਆ ਸਕਦੀ ਸੀ। ਚੀਫ ਨੇ ਨੋਟ ਕੀਤਾ ਕਿ ਭਾਵੇਂ ਕਿ ਇਸ ਤਰ੍ਹਾਂ ਦੀ ਇੱਕ ਘਟਨਾ ਡੈਲਟਾ ਵਿੱਚ ਘੱਟ ਵਾਰ ਪਰਦੀ ਹੈ ਪਰ ਵਿਭਾਗ ਇਸ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਸੀ। ਅਧਿਕਾਰੀਆਂ ਨੇ ਔਰਤ ਨੂੰ ਫੌਰੀ ਤੌਰ ਉੱਤੇ ਸਹਾਇਤਾ ਦਿੱਤੀ ਅਤੇ ਇਸ ਘਟਨਾ ਵਿੱਚ ਸ਼ਾਮਿਲ 41 ਸਾਲ ਦੀ ਔਰਤ ਡੈਲਟਾ ਨਿਵਾਸੀ ਹੈ ਤੇ ਉਹ ਗੰਭੀਰ ਹਾਲਤ ਵਿੱਚ ਸੀ ਪਰ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ। ਡੈਲਟਾ ਪੁਲਿਸ ਇਨਵੈਸਟੀਗੇਸ਼ਨ ਬਿਊਰੋ ਨੇ ਸਾਰੀ ਰਾਤ ਇਸ ਘਟਨਾ ਦੀ ਜਾਂਚ ਕੀਤੀ ਅਤੇ ਜਾਂਚ ਦਾ ਕੰਮ ਅਜੇ ਵੀ ਜਾਰੀ ਹੈ।